ਸਾਸ਼ਕਲ ਦੋਸਤੋ ਤੁਸੀਂ ਵੇਖ ਰਹੇ ਹੋ ਸਾਡਾ ਟੀਵੀ ਯੂਐਸ ਜਲੰਧਰ ਦੇ ਮੁੰਡੇ ਨੇ ਵੱਲਾਇਚ ਕਰਤਾ ਜਿਹਾ ਕਾਂਡ ਗੋਰੀਆਂ ਦੀਆਂ ਵੀ ਨਿਕਲੀਆਂ ਤਾਂ ਆਇਆ ਪੁਲਿਸ ਦੇ ਅੜਿੱਕੇ ਹਨ ਦੱਸ ਦਈਏ ਕਿ ਜਲੰਧਰ ਦੇ ਰਹਿਣ ਵਾਲੇ ਕਸ਼ਿਸ਼ ਅਗਰਵਾਲ ਨੂੰ ਇੰਗਲੈਂਡ ਵਿੱਚ ਉਸ ਦੀ ਪਤਨੀ ਦੇ ਕਤਲ ਦੇ ਦੋਸ਼ ਵਿੱਚ 20 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵੱਲੋਂ 3 ਮਾਰਚ ਨੂੰ ਆਪਣੀ ਪਤਨੀ ਗੀਤਿਕਾ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਸੀ ਇਹਨਾਂ ਦੋਹਾਂ ਦਾ ਵਿਆਹ 2016 ਦੇ ਵਿੱਚ ਹੋਇਆ ਸੀ ਜਿੱਥੇ ਕਸ਼ਿਸ਼ ਦੀ ਪਤਨੀ ਗਿੱਤਿਕਾ ਜਲੰਧਰ ਦੀਨ ਆਉਣ ਵਾਲੇ ਫਲੋਰ ਸ਼ਹਿਰ ਦੀ ਰਹਿਣ ਵਾਲੀ ਸੀ ਉਥੇ ਉਹ ਵਿਆਹ ਤੋਂ ਕੁਝ ਦਿਨਾਂ ਬਾਅਦ ਯੂਕੇ ਵਿੱਚ ਪੂਰੀ ਤਰ੍ਹਾਂ ਸਿਟੀਜ਼ਨ ਬਣ ਗਈ ਸੀ ਤੇ ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਪਤੀ ਕਸ਼ਿਸ਼ ਨੂੰ ਵੀ ਬੁਲਾ ਲਿਆ ਗਿਆ ਸੀ ਤੇ ਉਸ ਨੂੰ ਵੀ ਸਿਟੀਜ਼ਨਸ਼ਿਪ ਮਿਲ ਗਈ ਸੀ ਗੀਤਿਕਾ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਸਮੇਂ ਉਹਨਾਂ ਦੇ ਵੱਲੋਂ ਵਿਆਹ ਦੇ ਮੌਕੇ ਦੋ ਲਗਜ਼ਰੀ ਕਾਰਾਂ ਤੇ ਇੱਕ ਆਲੀਸ਼ਾਨ ਘਰ ਯੂਕੇ ਵਿੱਚ ਖਰੀਦ ਕੇ ਦਿੱਤਾ ਗਿਆ ਸੀ ਤੇ ਪਰ ਉਹਨਾਂ ਦੀ ਧੀ ਗੀਤਿਕਾ ਦੀ ਗੀਤਿਕਾ ਦੀ ਦੇ ਪਤੀ ਵੱਲੋਂ ਉਜਲਦੀ ਹੀ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਗੀਤਿਕਾ ਦੇ ਮਾਰੇ ਜਾਣ ਦਾ ਕੁਲਾਸਾ ਉਸ ਸਮੇਂ ਹੋਇਆ ਸੀ ਜਦੋਂ ਕਸ਼ਿਸ਼ ਵੱਲੋਂ ਆਪਣੀ ਪਤਨੀ ਦਾ ਚਾਕੂ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਪਲਾਸਟਿਕ ਦੀ ਸ਼ੀਟ ਵਿੱਚ ਕਵਰ ਕਰਕੇ ਸੁੱਟ ਦਿੱਤਾ ਗਿਆ ਸੀ ਤੇ ਉਸ ਦੇ ਪਰ ਆ ਹਿੰਮਤ ਨੂੰ ਫੋਨ ਕਰਕੇ ਕਿਹਾ ਕਿ ਹਾਂ ਕਿ ਉਹਨਾਂ ਦੀ ਭੈਣ ਕਿਤੇ ਗਈ ਹੋਈ ਹੈ ਉਸ ਦਾ ਫੋਨ ਕੰਮ ਨਹੀਂ ਕਰ ਰਿਹਾ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਨੂੰ ਗੀਤਿਕਾ ਦੀ ਲਾਸ਼ ਫੁੱਟਪਾਥ ਉੱਪਰ 4 ਮਾਰਚ ਨੂੰ ਮਿਲੀ ਸੀ ਪੁਲਿਸ ਵੱਲੋਂ ਸਖਤੀ ਨਾਲ ਪੁੱਛੇ ਜਾਣ ਤੇ ਉਸਦੇ ਪਤੀ ਦੇ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਇਸੇ ਤਰ੍ਹਾਂ ਦੀਆਂ ਕੁੱਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ ਟੀਵੀ ਯੂਐਸਏ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ